अरे मैं तो जिंदगी में पहली बार आ रहा हूँ, तो मेरा तो बहुत बड़ा अवसर है मेरे लिए, तो बहुत वही तो बड़े सौभाग्य की बात है मेरे लिए। सर, पंजाब में क्या-क्या खास आने वाले दिनों में पंजाब के लिए, पंजाब की चढ़ती कला के लिए जो क्या मीटिंग में क्या फैसले? नहीं नहीं, अभी फैसले अभी नहीं होते, अभी तो हम सब सुनने आए हैं पंजाब को, तो सभी से जेड़ा बजट आया अज दा, मैं समझदा ने अज जेड़ा केंद्र सरकार वालों बजट आया गा उन्हें पंजाब नू बुरी तरह निराश किया गा। जेड़ा फर्टिलाइजर दे विच किसान नू सबसिडी मिलदी सी ਉਹਦੇ 'ਤੇ ਵੀ ਲਗਭਗ 36% ਕੱਟ ਲਾਇਆ ਗਾ, ਔਰ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਕੋਈ ਪੈਸਾ ਨਹੀਂ ਦਿੱਤਾ, ਪੰਜਾਬ ਦੇ ਹੈਲਥ ਸੈਕਟਰ ਨੂੰ ਕੋਈ ਪੈਸਾ ਨਹੀਂ ਦਿੱਤਾ, ਪੰਜਾਬ ਦੇ ਫਾਰਮਰ ਦੀ ਦੁੱਗਣੀ ਆਮਦਨ ਕਰਨੀ ਚਾਹੁੰਦੇ ਸੀਗੇ। ਭਾਰਤੀ ਜਨਤਾ ਪਾਰਟੀ ਦਾ ਨਾਰਾ ਸੀ, BJP ਵੱਲੋਂ ਕਿਹਾ ਗਿਆ ਸੀ ਕਿ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ, ਪਰ ਲੇਕਿਨ ਅੱਜ ਫਿਰ ਪੰਜਾਬ ਦੇ ਕਿਸਾਨ ਨੂੰ ਨਿਰਾਸ਼ ਕੀਤਾ। ਔਰ ਮੈਂ ਸਮਝਦਾ ਅੱਜ ਦਾ ਜਿਹੜਾ ਬਜਟ ਆ ਕੇਂਦਰ ਸਰਕਾਰ ਦਾ, ਇਹ ਪੰਜਾਬ ਵਿਰੋਧੀ ਬਜਟ ਆ, ਔਰ BJP ਦਾ ਚਿਹਰਾ ਨੰਗਾ ਹੋ ਗਿਆ ਕਿ BJP ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਕਰਦੀ। ਅਰਵਿੰਦ ਪਨਗੜੀਆ ਜੀ ਅਤੇ ਸਾਰੇ ਮੈਂਬਰ ਸਾਹਿਬਾਨ 2 ਦਿਨ ਦੇ ਪੰਜਾਬ ਦੌਰੇ 'ਤੇ ਸੀ, ਕੱਲ੍ਹ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਗਲੇ 5 ਸਾਲ 'ਚ ਕੀ ਪੰਜਾਬ ਦੇ ਪੰਜਾਬ ਲਈ ਕੀ ਕੇਂਦਰ ਵੱਲੋਂ ਫੰਡਾਂ ਦੀ ਲੋੜ ਆ, ਔਰ ਸਾਰੀਆਂ ਡਿਫਰੈਂਟ ਪੋਲੀਟੀਕਲ ਪਾਰਟੀ ਪੰਜਾਬ ਦੀਆਂ ਉਹਨਾਂ ਨੇ ਆਪਣਾ ਪੱਖ ਜਿਹੜਾ ਉਹ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਰੱਖਿਆ ਸੀਗਾ। ਅੱਜ ਅੰਮ੍ਰਿਤਸਰ ਦੇ ਵਿੱਚ ਸੀਗੇ, ਅੱਜ ਇੰਡਸਟਰੀ ਦਾ ਪੱਖ ਸੁਣਿਆ, ਪੰਜਾਬ ਦੀ ਇੰਡਸਟਰੀ ਦਾ, ਹੋਰ ਬਹੁਤ ਸਾਰੇ ਲੋਕਾਂ ਨੂੰ ਸਮਨ ਕੀਤਾ ਹੋਇਆ ਸੀ, ਸੱਦਿਆ ਹੋਇਆ ਸੀਗਾ ਕਿ ਆ ਕੇ ਤੁਸੀਂ ਆਪਣਾ ਪੱਖ ਫਾਈਨਾਂਸ ਦੇ ਸੰਬੰਧੀ ਪੰਜਾਬ ਦਾ ਦੱਸੋ। ਉਹ ਪੱਖ ਜਿਹੜਾ ਹੈਗਾ ਫਾਈਨਾਂਸ ਕਮਿਸ਼ਨ ਗੌਰਮੈਂਟ ਆਫ ਇੰਡੀਆ ਵੱਲੋਂ ਸੁਣਿਆ ਗਿਆ। ਉਸ ਤੋਂ ਬਾਅਦ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਜੀ ਅਤੇ ਉਹਨਾਂ ਦੇ ਸਾਰੇ ਕਮਿਸ਼ਨ ਦੇ ਸਾਥੀ ਮੈਂਬਰ ਸਾਹਿਬਾਨ ਨੇ ਕਿਹਾ ਕਿ ਅਸੀਂ ਗੋਲਡਨ ਟੈਂਪਲ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਾਂਗੇ, ਨਤਮਸਤਕ ਹੋਣਾ ਚਾਹੁੰਦੇ ਹਾਂਗੇ। ਉਹਨਾਂ ਨੂੰ ਜਿਹੜਾ ਅਸੀਂ ਕੰਪਨੀ ਕਰਕੇ, ਮੈਂ, ਮੇਰੇ ਨਾਲ ਲਾਲਜੀਤ ਭੁੱਲਰ ਜੀ, ਸਾਡੇ ਮਿਨਿਸਟਰ ਸਾਹਿਬਾਨ, ਕੈਬਨਿਟ ਕਲੀਗ ਹਰਭਜਨ ਸਿੰਘ ETO ਜੀ, ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ, ਅਸੀਂ ਉਹਨਾਂ ਨੂੰ ਲੈ ਕੇ ਆਏ ਸੀ, ਨਤਮਸਤਕ ਹੋਏ ਨੇਗੇ। ਸੋ ਹੁਣ ਇਸ ਤੋਂ ਬਾਅਦ ਵਾਹਗਾ ਬਾਰਡਰ ਜਾਣਗੇ। ਸੋ ਆਉਣ ਵਾਲੇ 5 ਸਾਲਾਂ 'ਚ ਸੈਂਟਰ ਵੱਲੋਂ ਪੰਜਾਬ ਨੂੰ ਕੀ ਫੰਡਾਂ ਦੀ ਜਿਹੜੀ ਐਲੋਕੇਸ਼ਨ ਹੋਣੀ ਆ ਉਹਦੇ 'ਤੇ ਚਰਚਾ ਹੋਈ ਆ। ਅਸੀਂ ਆਪਣੇ ਵੱਲੋਂ ਮਜ਼ਬੂਤ ਪੱਖ ਜਿਹੜਾ ਉਹ ਰੱਖਿਆ ਗਿਆ ਕਿ ਆਉਣ ਵਾਲੇ 5 ਸਾਲਾਂ 'ਚ ਸਾਨੂੰ ਪੰਜਾਬ ਨੂੰ ਕੀ ਲੋੜ ਆ, ਔਰ ਪੰਜਾਬ ਦੇ ਉੱਤੇ ਅੱਜ ਪੰਜਾਬ ਕਿਸ ਹਾਲਾਤ 'ਚ ਆ ਉਹ ਸਾਹਮਣੇ ਰੱਖਿਆ ਗਿਆ।